ਕਹਿਣ ਲੱਗਿਆ, ਬਾਬਾ ਜੀ ਮੈਨੂੰ ਖੂਹ ਦੇ ਵਿੱਚੋਂ ਕੱਢਿਆ, ਮੈਨੂੰ ਅੱਗ ਦੇਤੀ। 12 ਸਾਲਾਂ ਬਾਅਦ ਸੁੱਕਿਓ ਬਾਗ ਹਰੇ ਕੀਤੇ ਪੂਰਨ ਨੇ, ਜਾ ਕੇ ਆਪਣੇ ਬਾਗ ਦੇਖੇ, ਬਾਗ ਸੁੱਕੇ ਪਏ। ਮਾਲਕ ਦੇ ਮੂਹਰੇ ਬੇਨਤੀ ਕੀਤੀ, ਮਾਲਕਾ ਮੇਰੇ ਭੇਗ ਦੀਆਂ ਲਾਜਾਂ ਰੱਖਦੇ ਆ, ਮੇਰੇ ਬਾਗ ਸੁੱਕੇ ਹਰੇ ਹੋਣੇ ਚਾਹੀਦੇ। ਗੁਰੂ ਦੀ ਦੁਆ ਸੀ, 12 ਸਾਲਾਂ ਬਾਅਦ ਜਾ ਕੇ ਬਾਗ ਸੁੱਕੇ ਹਰੇ ਕੀਤੇ ਪੂਰਨ ਨੇ। ਪੂਰੇ ਭਗਤ ਰੇ
ਫੜ ਕੇ ਦਿੱਤਾ ਨਾ ਕਰ ਯਾਰੋ ਛੱਤੀ ਰਾਗ ਮਿਚਰਾ ਸੁੱਕੇ ਹਰੇ ਕੀਤੇ ਜਿਹੜੇ ਦਿਨੀ ਪੂਰਨ ਭਗਤ ਕਤਲ ਕਰਾ ਕੇ ਖੂਹ ਵੀ ਸਟਾ ਦਿਓਨੀ ਸਿਆਲਕੋਟ ਦੇ ਵੀ ਸ਼ਰਾਬ ਪੈ ਗਿਆ ਸੀ ਅੰਨੇ ਕੋਹੜੀ ਪਿੰਗਲੇ ਹੋਣ ਲੱਗ ਗਏ ਰਾਜੇ ਸਲਵਾਨ ਦਾ ਹੁਕਮ ਕੱਢ ਕੇ ਸਹਿਰ ਦੇ ਵਿੱਚੋਂ ਕਿੱਥੇ ਕੁਰਾਟੀਨਾਂ ਪਵਾਈਆਂ ਹੋਈਆਂ ਕੁੰਡੀਆਂ ਕਿੱਥੇ ਪਾਈਆਂ ਪੂਰਨ ਦੇ ਬਾਗ ਦੇ ਨਜ਼ੀਕ ਰਾਤ ਨੂੰ ਸੁੱਕਣ ਛੱਡ ਕੇ ਬੜੇ ਤੇ ਸੁਬਹ ਹੋਈ ਬਾਗਾਂ ਚੋਂ ਨਿਕਲੇ ਦੇਖੇ ਮਾਰੀ ਬਾਗਾਂ ਕਿੰਨੀਆਂ ਯਾਰੋ ਬਾਗ ਕਾਲੀਆਂ ਗੱਲਾਂ ਬਲੇ ਖੜੇ ਉਹਨੇ ਕਹਿੰਦੇ ਹਾਂ ਹਾਂ ਅੰਨੇ ਕਹਿੰਦੇ ਕੀ ਥਿਆ ਗਿਆ ਕਹਿੰਦੇ ਦੇਖ ਆਪਾਂ ਰਾਤ ਜਾਂ ਕੁੰਡੀਆਂ 'ਚ ਬਣਿਆ ਬਾਗ ਸੁੱਕਾ ਸੀ ਹੁਣ ਬਾਗ ਹੋਇਆ ਖੜਾ ਲੂਰੋ ਲੂਰ ਕੋਈ ਸਾਧ ਕੋਈ ਸੰਤ ਕੋਈ ਫਕੀਰ ਕੋਈ ਭਗਤ ਪਿਆਰਾ ਰੱਬ ਦਾ ਜ਼ਰੂਰ ਉਤਰਿਆ ਜਿਹਨੇ ਰਾਤੋਂ ਰਾਤ ਬਾਗ ਸੁੱਕੇ ਹੋਣੇ ਕੀਤੇ ਨੇ ਚਲੋ ਆਪਾਂ ਵੀ ਉਹਦਾ ਚਾਲੀ ਲੱਗ ਜਾਈਏ ਡਿੱਗਦੇ ਡਿੱਗਦੇ ਆ ਕੇ ਪੂਰਨ ਦੇ ਚਾਲੀ ਲੱਗ ਗਏ ਬਾਬਾ ਇਹ ਸਾਡੇ ਦੁੱਖ ਲਗਨ ਕੇ ਜਾਈ ਰਜੋਈਆਂ ਕਰਦੇ ਡਿੱਗੇ ਚਾਲਾਂ ਵਿੱਚ ਕੀ ਕਹਿੰਦੇ ਸਾਡੀ ਫਿਰ ਮਾਤਾ ਕਰਨਾ ਕਦੂ
ਪਾਲੀ ਰੇ ਉੱਠ ਕੇ ਦੇਖਿਆ ਆਸ਼ਕ
ਛੱਡ ਗਏ ਕੁਦੀ ਆਸ਼ਕ ਰਮ ਜਪ ਛਾ ਜਿਸ ਵੇਖਿਆ ਜਿਹੜੇ ਉਹਦੇ ਆਸ਼ਕੋ ਨੇ ਰਮਜਾਂ ਪਾਈਆਂ ਕਹਿਣ ਲੱਗੇ ਬਾਬਾ ਫਿਰ ਇਸ ਜਨਮ ਦੇ ਵਿੱਚ ਅਸੀਂ ਕੋਈ ਪਾਪ ਨਹੀਂ ਕੀਤਾ ਦੇ ਤੂੰ ਕੱਲ ਦੇ ਕੱਲ ਵਾਲਾ ਨਾਮ ਨੇ ਜਪ ਲਿਆ ਲੈ ਬਾਬਾ ਦੇਖ ਅਸੀਂ ਪਿਛਲੇ ਜਨਮ ਦੇ ਪਾਪੀ ਤਾਂ ਨਹੀਂ ਪੂਰ ਨੇ ਧਰ ਕੇ ਸਿਰ ਦੇ ਉੱਤੇ ਹੱਥ ਜਾਲ ਨੇ ਕੌੜੀਆਂ ਦੇ ਪਿੱਛੇ ਦਫ਼ਤਰ ਖੋਲੇ ਮੁੜ ਕੇ ਆ ਕੇ ਦੱਸਿਆ ਵੀ ਜਿਹੜੇ ਅੰਨੇ ਹੋ ਪੁੱਤ ਬਾਦਸ਼ਾਹ ਨੇ ਉਹਨਾਂ ਦੇ ਹਾਸਾਂ ਦੇ ਬੱਚੇ ਫੜ ਕੇ ਅੱਖਾਂ ਛੁਰਿਆਂ ਦੇ ਲੋਕਾਂ ਦਾ ਕੱਢ ਦਿੰਦੇ ਤੇ ਜਿਹੜੇ ਪਿਘਲੇ ਹੋ ਉਹ ਕੁੱਤੇ ਮਾਰਦੇ ਹੁੰਦੇ ਤੇ ਜਿਹੜੇ ਕੌੜੀ ਹੋ ਉਹ ਪਿਛਲੇ ਜਨਮ ਦੇ ਵਿੱਚ ਬੁੱਚੜ ਹੁੰਦੇ ਤੇ ਗਊਆਂ ਦਾ ਹੱਤਿਆ ਕਰ ਦਿੰਦੇ ਤੇ ਜਿਹਾ ਜਿਹਾ ਦੁਨੀਆਂ ਤੇ ਬੀਜਾਂਗੇ ਉਹੋ ਜਿਹਾ ਗਾਹਾਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਵੱਡਾਂਗੇ ਦੱਸ ਰਿਹਾ ਬੇ ਪੂਰਨ।